ਜਦੋਂ ਅਸੀਂ ਤ੍ਰੈਗੁਣ ਮਾਇਆ ਦੇ ਵਿੱਚ ਹੁੰਦੇ ਹਾਂ ਅਤੇ ਦੁਨਿਆਵੀ ਕੰਮ ਕਰਦੇ ਹਾਂ ਤਾਂ ਸਾਡੀ ਜੋ ਸੁਰਤੀ ਹੈ ਉਹ ਸਰੀਰ ਦੇ ਰੋਮ ਰੋਮ ਦੇ ਵਿੱਚ ਸਮਾਈ ਹੁੰਦੀ ਆ। ਹੁਣ ਬਹੁਤੇ ਜੀ ਪੁੱਛਦੇ ਨੇ ਕਿ ਰੋਮ ਰੋਮ ਸਿਮਰਨ ਕੀ ਹੈ ਅਤੇ ਕਿਵੇਂ ਕਰਨਾ ਚਾਹੀਦਾ ਹੈ ਅਤੇ ਇਸ ਦਾ ਸਾਨੂੰ ਕੀ ਫਾਇਦਾ ਹੋਵੇਗਾ। ਜੋ ਮਨਮੁੱਖ ਜੀਵ ਹੁੰਦੇ ਨੇ ਉਹਨਾਂ ਨੂੰ ਸੁਰਤੀ ਇਕੱਠੀ ਕਰਨੀ ਨਹੀਂ ਆਉਂਦੀ ਅਤੇ ਜੋ ਨਾਮ ਅਭਿਆਸੀ ਹੁੰਦੇ ਨੇ ਉਹ ਸਿਮਰਨ ਦੇ ਅਭਿਆਸ ਦੇ ਨਾਲ ਸੁਰਤੀ ਨੂੰ ਇਕੱਠੀ ਕਰਨਾ ਸਿੱਖ ਲੈਂਦੇ ਨੇ। ਜਦੋਂ ਅਸੀਂ ਤ੍ਰੈਗੁਣ ਮਾਇਆ ਵਿੱਚ ਹੁੰਦੇ ਹਾਂ ਤਾਂ ਇਹ ਸਾਡੀ ਜੋ ਸੁਰਤੀ ਹੈ ਪੂਰੇ ਸਰੀਰ ਦੇ ਵਿੱਚ ਫੈਲ ਜਾਂਦੀ ਹੈ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਧਿਆਨ ਕਰਦੇ ਹਾਂ, ਫਿਰ ਇਹ ਸੁਰਤੀ ਨੂੰ ਨਾਮ ਅਭਿਆਸੀ ਇੱਕ ਜਗ੍ਹਾ ਇਕੱਠਾ ਕਰ ਲੈਂਦਾ ਹੈ ਜਾਂ ਇਸ ਸੁਰਤੀ ਨੂੰ ਸ਼ਬਦ ਦੀ ਧੁਨ ਦੇ ਵਿੱਚ ਜੋੜ ਲੈਂਦਾ ਹੈ। ਹੁਣ ਜਿਨ੍ਹਾਂ ਨੂੰ ਸੁਰਤੀ ਨਹੀਂ ਇਕੱਠੀ ਕਰਨੀ ਆਉਂਦੀ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਮਨਮੁੱਖ ਕਿਹਾ ਗਿਆ ਅਤੇ ਜਦੋਂ ਅੰਤ ਸਮੇਂ ਜਮ ਆਉਂਦੇ ਨੇ ਤਾਂ ਉਹ ਪੰਜਾਂ ਤੱਤਾਂ ਦੇ ਵਿੱਚੋਂ ਇਸ ਨੂੰ ਖਿੱਚ ਕੇ ਸੁਰਤੀ ਨੂੰ ਲੈ ਜਾਂਦੇ ਨੇ ਅਤੇ ਗੁਰਬਾਣੀ ਦੱਸਦੀ ਹੈ ਕਿ ਜਦੋਂ ਇਹ ਰੋਮਾਂ ਦੇ ਵਿੱਚੋਂ ਸੁਰਤੀ ਨੂੰ ਖਿੱਚਿਆ ਜਾਂਦਾ ਹੈ, ਕੱਢਿਆ ਜਾਂਦਾ ਹੈ, ਤਾਂ ਉਦੋਂ ਬਹੁਤ ਹੀ ਜ਼ਿਆਦਾ ਤਕਲੀਫ ਹੁੰਦੀ ਹੈ, ਦੁੱਖ ਲੱਗਦਾ ਹੈ। ਇਸ ਲਈ ਹਰ ਇੱਕ ਜੀਵ ਨੂੰ ਇਹਨਾਂ ਜਮਾਂ ਦੀ ਮਾਰ ਤੋਂ ਬਚਣ ਲਈ ਬੇਨਤੀਆਂ ਜੋਦੜੀਆਂ ਕਰਨੀਆਂ ਚਾਹੀਦੀਆਂ ਨੇ। ਹਰ ਇੱਕ ਨਾਮ ਅਭਿਆਸੀ ਇਹੀ ਬੇਨਤੀ ਕਰਦਾ ਹੈ ਕਿ ਸਾਨੂੰ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸਾਨੂੰ ਜਮਾਂ ਦੀ ਮਾਰ ਤੋਂ ਬਚਾਓ। ਹੁਣ ਗੁਰਬਾਣੀ ਦੇ ਵਿੱਚ ਇਹ ਹਰ ਇੱਕ ਜੀਵ ਨੂੰ ਸਮਝਾਇਆ ਗਿਆ ਹੈ ਕਿ ਜੇ ਤੁਸੀਂ ਜਮਾਂ ਦੀ ਮਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਸਿਮਰਨ ਕਰੋ, ਸਵਾਸ ਗ੍ਰਾਸ ਸਿਮਰਨ ਕਰੋ, ਰੋਮ ਰੋਮ ਸਿਮਰਨ ਕਰੋ, ਆਪਣਾ ਧਿਆਨ ਸ਼ਬਦਾਂ ਦੇ ਵਿੱਚ ਰੱਖੋ, ਫਿਰ ਤੁਸੀਂ ਜਮਾਂ ਦੀ ਮਾਰ ਤੋਂ ਬਚ ਜਾਓਗੇ। ਹਰ ਇੱਕ ਜੀਵ ਨੂੰ ਰੋਮ ਰੋਮ ਸਿਮਰਨ ਕਰਨਾ ਚਾਹੀਦਾ ਹੈ, ਇਹ ਸਿੱਖ ਲੈਣਾ ਚਾਹੀਦਾ ਹੈ ਤਾਂ ਜੋ ਅਸੀਂ ਸੁਰਤੀ ਨੂੰ ਰੋਮਾਂ ਵਿੱਚੋਂ ਕੱਢਣਾ ਅਤੇ ਪ੍ਰਵੇਸ਼ ਕਰਨਾ ਸਿੱਖ ਲਈਏ ਅਤੇ ਜਦੋਂ ਅਸੀਂ ਕੋਈ ਵੀ ਦੁਨਿਆਵੀ ਕੰਮ ਕਰਨ ਤੋਂ ਬਾਅਦ ਵਿਹਲੇ ਹੋ ਕੇ ਆਪਣੀ ਸੁਰਤੀ ਨੂੰ ਇਕੱਠੀਆਂ ਕਰ ਸਕੀਏ, ਇਕੱਠੀਆਂ ਕਰਕੇ ਨਿੱਜ ਘਰ ਵਿੱਚ ਜਾ ਸਕੀਏ, ਉਸ ਸਥਿਰ ਘਰ ਦੇ ਵਿੱਚ ਬੈਠ ਸਕੀਏ। ਜਦੋਂ ਅਸੀਂ ਆਪਣਾ ਸਵਾਸ ਗ੍ਰਾਸ ਸਿਮਰਨ ਕਰਦੇ ਹਾਂ ਅਤੇ ਉਸ ਦੀ ਲਗਾਤਾਰ ਮਿਹਨਤ ਦੇ ਨਾਲ ਫਿਰ ਸਾਡੇ ਅੰਦਰ ਸ਼ਬਦ ਪ੍ਰਗਟ ਹੁੰਦੇ ਨੇ, ਫਿਰ ਸਾਡਾ ਮਨ ਕਦੀ ਕਦੀ ਸਵਾਸਾਂ ਤੋਂ ਟੁੱਟ ਕੇ ਉਸ ਸ਼ਬਦ ਸੁਰਤੀ ਦੇ ਨਾਲ ਜੁੜ ਜਾਂਦਾ ਹੈ। ਸਵਾਸ ਗ੍ਰਾਸ ਸਿਮਰਨ ਪ੍ਰਪੱਖ ਹੋਣ ਤੋਂ ਬਾਅਦ ਸਾਨੂੰ ਰੋਮ ਰੋਮ ਸਿਮਰਨ ਵੀ ਕਰਨਾ ਚਾਹੀਦਾ ਹੈ, ਇਹ ਬਹੁਤ ਹੀ ਪਿਆਰੀ ਅਵਸਥਾ ਹੁੰਦੀ ਹੈ। ਰੋਮ ਰੋਮ ਸਿਮਰਨ ਕਰਨ 'ਤੇ ਸਾਨੂੰ ਰਸਨਾ ਤੋਂ ਨਹੀਂ ਬੋਲਣਾ ਪੈਂਦਾ, ਰੋਮ ਰੋਮ ਸਿਮਰਨ ਕਰਨ ਵਾਸਤੇ ਸਾਨੂੰ ਥੋੜ੍ਹਾ ਚਿਰ ਸਵਾਸਾਂ ਨੂੰ ਰੋਕ ਕੇ ਜੋ ਦਿਲ ਦੀ ਧੜਕਣ ਸੁਣਦੀ ਹੁੰਦੀ ਹੈ ਉਸ ਦੇ ਨਾਲ ਸੁਰਤੀ ਨੂੰ ਜੋੜ ਦੇਣਾ ਹੁੰਦਾ ਹੈ। ਜਿਵੇਂ ਸਾਡਾ ਦਿਲ ਧੱਕ 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 ਕਰਦਾ ਹੈ, ਉਸ ਦੀ ਆਵਾਜ਼ ਆਉਂਦੀ ਹੈ, ਇਸ ਦੇ ਨਾਲ ਹੀ ਉੱਥੇ ਸੁਰਤੀ ਦੇ ਦੁਆਰਾ ਸਿਮਰਨ ਕਰਨਾ ਹੁੰਦਾ ਹੈ। ਜਿਵੇਂ ਧੱਕ ਧੱਕ ਦੀ ਆਵਾਜ਼ ਆਉਂਦੀ ਹੈ, ਅਸੀਂ ਆਪਣੀ ਸੁਰਤੀ ਨੂੰ ਉਸ ਧੜਕਣ ਦੇ ਨਾਲ ਜਦੋਂ ਜੋੜਨਾ ਹੈ ਤਾਂ ਫਿਰ ਸਾਨੂੰ ਉਹ ਧੱਕ ਧੱਕ ਆਵਾਜ਼ ਆਉਣ ਦੀ ਬਜਾਏ ਵਾਹਿਗੁਰੂ 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 ਇਸ ਤਰੀਕੇ ਆਵਾਜ਼ ਆਵੇਗੀ। ਇਸ ਤਰ੍ਹਾਂ ਜਦੋਂ ਅਸੀਂ ਦਿਲ ਦੀ ਧੜਕਣ ਦੇ ਨਾਲ ਸਿਮਰਨ ਕਰਾਂਗੇ ਤਾਂ ਸਾਡਾ ਜੋ ਸਿਮਰਨ ਹੈ ਉਹ ਹਰ ਵੇਲੇ ਚੱਲਦਾ ਰਹੇਗਾ। ਇਸੇ ਤਰ੍ਹਾਂ ਅਸੀਂ ਨਬਜ਼ ਦੇ ਉੱਤੇ ਵੀ ਹੱਥ ਰੱਖ ਕੇ ਸਿਮਰਨ ਕਰ ਸਕਦੇ ਹਾਂ। ਜਿਵੇਂ ਨਬਜ਼ ਟਿੱਕ ਟਿੱਕ ਕਰਦੀ ਹੈ, ਆਪਣੀ ਸੁਰਤੀ ਨੂੰ ਨਬਜ਼ ਦੇ ਨਾਲ ਜੋੜ ਦੇਣਾ, ਫਿਰ ਵਾਹਿਗੁਰੂ ਗੁਰਮੰਤਰ ਸਿਮਰਨ ਉੱਥੇ ਚੱਲ ਪਵੇਗਾ। ਜਦੋਂ ਸਾਡਾ ਸਿਮਰਨ ਇਸ ਤਰੀਕੇ ਦਿਲ ਦੀ ਧੜਕਣ ਦੇ ਨਾਲ ਜਾਂ ਨਬਜ਼ ਦੇ ਨਾਲ ਅਤੇ ਸਿਮਰਨ ਸੁਣਾਈ ਦੇਵੇ ਤਾਂ ਇਸ ਨੂੰ ਰੋਮ ਰੋਮ ਸਿਮਰਨ ਕਿਹਾ ਜਾਂਦਾ ਹੈ। ਜਦੋਂ ਅਸੀਂ ਇਸ ਤਰੀਕੇ ਸਿਮਰਨ ਕਰਦੇ ਹਾਂ ਫਿਰ ਸਾਨੂੰ ਇੰਝ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਡਾ ਰੋਮ ਰੋਮ ਵਾਹਿਗੁਰੂ ਸ਼ਬਦ ਦਾ ਸਿਮਰਨ ਕਰ ਰਿਹਾ ਹੈ। ਸਵਾਸ ਗ੍ਰਾਸ ਸਿਮਰਨ ਕਰਨ ਤੋਂ ਬਾਅਦ ਸਾਨੂੰ 5 ਜਾਂ 10 ਮਿੰਟ ਇਸ ਤਰੀਕੇ ਜ਼ਰੂਰ ਬੈਠਣਾ ਚਾਹੀਦਾ ਹੈ। ਰੋਮ ਰੋਮ ਸਿਮਰਨ ਕਰਨ ਦੇ ਨਾਲ ਸਾਡੀ ਰਸਨਾ ਬੰਦ ਹੋ ਜਾਂਦੀ ਹੈ ਅਤੇ ਨਾਲ ਦੇ ਵਿਅਕਤੀ ਨੂੰ ਵੀ ਪਤਾ ਨਹੀਂ ਲੱਗਦਾ ਕਿ ਅਸੀਂ ਅੰਤਰਗਤ ਹੋ ਕੇ ਸਿਮਰਨ ਕਰ ਰਹੇ ਹਾਂ। ਰੋਮ ਰੋਮ ਸਿਮਰਨ ਅਸੀਂ ਕਿਤੇ ਵੀ ਬੈਠ ਕੇ, ਕਿਤੇ ਵੀ ਆਪਣੇ ਪਰਿਵਾਰ ਦੇ ਵਿੱਚ ਬੈਠੇ ਹਾਂ ਜਾਂ ਬਾਹਰ ਕਿਤੇ ਗਏ ਹਾਂ, ਅਸੀਂ ਇਹ ਸਿਮਰਨ ਕਰ ਸਕਦੇ ਹਾਂ। ਰੋਮ ਰੋਮ ਸਿਮਰਨ ਚੱਲਣ 'ਤੇ ਫਿਰ ਸਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਪੈਂਦੀ।
जिवें साडी दिल की धड़कन हर वेले चलती रहती है, बचपन तो लैके बुढ़ेपे तक चलती रहेगी। उस तरह सानू रोम रोम सिमरन करन दी लोड़ नहीं पैंदी, सिर्फ सुरती नू उत्थे जोड़ना हुंदा है, ते जदों असी जोड़ांगे तां सिमरन अपने आप सानू चलदा महसूस होवेगा।